ਸਕੂਲ ਕਿੱਥੇ ਮਿਲਦਾ ਜੀ ਹਾਂਜੀ ਤੁਸੀਂ ਸਾਰੀ ਦੁਨੀਆ ਘੁੰਮੀ ਹੈ ਨਾ ਘੁੰਮਣ ਨਾ ਮਿਲਦਾ ਨਾ ਬੈਠਣ ਨਾ ਮਿਲਦਾ ਸਕੂਨ ਬੰਦੇ ਦੀ ਇੱਕ ਸਟੇਟ ਆਫ ਮਾਈਂਡ ਦਾ ਨਾਮ ਆ ਉਹ ਬੈਲੈਂਸਡ ਲੋਕਾਂ ਕੋਲ ਰਹਿੰਦਾ ਹੀ ਆ ਉਹ ਚੱਲਦਾ ਹੀ ਰਹਿੰਦਾ ਉਹ ਸਕੂਨ ਲੈਣ ਲਈ ਕੋਈ ਬਾਹਲਾ ਜ਼ਿਆਦਾ ਤੁਹਾਨੂੰ ਤਰੱਦਦ ਕਰਨ ਦੀ ਲੋੜ ਨਹੀਂ ਤੁਹਾਡੇ ਅੰਦਰ ਹੀ ਹੁੰਦਾ ਹੈ ਇਸ ਤਰ੍ਹਾਂ ਘੁੰਮੋ ਫਿਰੋ ਤਾਂ ਵੀ ਸਕੂਨ ਆ ਜੇ ਤੁਸੀਂ تنہائی 'ਚ ਬੈਠੇ ਆ ਤਾਂ ਵੀ ਸਕੂਨ ਆ ਉਸ ਕੋਨ ਆ ਜਿਹੜਾ ਉਦਾਂ ਵੀ ਇੱਥੇ ਸਕੂਨ ਮਿਲਦਾ ਇੱਥੇ ਬੜਾ ਪਰੇਸ਼ਾਨੀ ਉਹ ਉਹ ਹੈ ਫॉर ਅ ਸਰਟਨ ਟਾਈਮ ਉਹ ਅਨਸਟੇਬਲ ਚੀਜ਼ ਹੁੰਦੀਆਂ ਲੇਕਿਨ ਜਿਹੜਾ ਬੈਲੈਂਸਡ ਬੰਦਾ ਨਾ ਉਹਨੂੰ ਕਿਤੇ ਵੀ ਬਿਠਾ ਦਿਓ ਉਹ ਆਨੰਦ 'ਚ ਹੀ ਰਹਿੰਦਾ ਅੱਜ ਅਯੋਕੇ ਦੌਰ ਦੇ ਗਾਇਕਾਂ 'ਚ ਕਿਨੂੰ ਵਈ ਸਮਝਦੇ ਤੁਸੀਂ ਬਹੁਤ ਅੱਛਾ ਅੱਛਾ ਗਾਉਂਦੇ ਆ ਸਾਰੇ ਹੀ ਬਹੁਤ ਅੱਛਾ ਨਵੇਂ ਬਹੁਤ ਵਧੀਆ ਗਾਉਂਦੇ ਆ ਜਿਹੜੀ ਗਾਇਕੀ ਤੁਸੀਂ ਕਰਦੇ ਸੀ ਜਾਂ ਕਲਾਸਿਕਲੀ ਕਰਦੇ ਹੋ ਅ ਅੱਜ ਦੇ ਮੁੰਡਿਆਂ ਚ ਉਹ ਗਾਉਂਦ ਲਿਖਣ ਨੂੰ ਨਹੀਂ ਮਿਲਦੀ ਦੀਪਰ ਅੱਛੇ ਆ ਕੋਈ ਮੈਂ ਦੇਖਿਆ ਬੜਾ ਖਤਰਨਾਕ ਗਾਉਂਦੇ ਆ ਅਸੀਂ ਥੋੜਾ ਥੋੜਾ ਸਿੰਪਲ ਜ਼ਿਆਦਾ ਫੀਲਿੰਗ ਦਾ ਖਿਆਲ ਕਰਦੇ ਸੀ ਅੱਜ ਕੱਲ ਤਾਂ ਬੜਾ ਤਿਆਰ ਗਾਉਣ ਵਾਲੇ ਬੱਚੇ ਵੀ ਹੈਗੇ ਆ ਇਹਦਾ ਕੀ ਕਾਰਨ ਹੋ ਸਕਦਾ ਜੀ ਇਹਦਾ ਇਹਦਾ ਕਾਰਨ ਕਿ ਜੋ ਟੈਕਨੋਲੋਜੀ ਚੱਲ ਗਈ ਹੈ ਜਿੱਦਾਂ ਦਾ ਪੂਰੀ ਦੁਨੀਆ ਦਾ ਗਾਣਾ ਸੁਣਦੇ ਆ ਕੱਢਣ ਦੀ ਕੋਸ਼ਿਸ਼ ਕਰਦੇ ਕੁਝ ਲੋਕ ਕਾਮਯਾਬੀ ਹੋ ਜਾਂਦੇ ਆ ਔਰ ਚੰਗਾ ਭਲਾ ਗਾਈ ਜਾਂਦੇ ਆ ਪਰ ਮੈਂ ਚਾਹਨਾ ਕਿ ਮੈਂ ਮਤਲਬ ਮੈਂ مشورہ ਦੇਣਾ ਚਾਹਨਾ ਕਿ ਜੇ ਕਿੰਦੀ ਨਾ ਬਾਜ ਮੁਰਸ਼ਿਦਾ ਰਾਹ ਨਹੀਂ ਹੱਥ ਆਉਂਦੇ ਦੁੱਧਾਂ ਬਾਜ ਨਹੀਂ ਰਜਦੀ ਖੀਰ ਮੀਆਂ ਸੋ ਜੇ ਗੁਰੂ ਹੋਵੇ ਉਹ ਤੂੰ ਸਿੱਖਿਆ ਹੋਵੇ ਫਿਰ ਥੋੜਾ ਕੌਨਫੀਡੈਂਟ ਹੁੰਦਾ ਬੰਦਾ ਹੋਰ ਤਾਂ ਕੋਈ ਗੱਲ ਨਹੀਂ ਬਾਕੀ ਆਵਾਜ਼ ਤੇ ਰੱਬ ਦੀ ਦੇਣਾ ਜੀ ਉਹ ਉਹਨੂੰ ਜੇ ਸੁਰ ਚ ਹੋਵੇ ਟੈਕਨੀਕਲੀ ਵੀ ਤੁਸੀਂ ਸਮਝਦੇ ਹੋ ਫਿਰ ਤੁਸੀਂ ਆਰਾਮ ਨਾਲ ਖੇਡ ਸਕਦੇ ਸਾਨੂੰ ਹੁਣ ਪਤਾ ਹੁੰਦਾ ਕਿ ਅਸੀਂ ਸਾਡੀ ਰੇਂਜ ਕੀ ਹੈ ਔਰ ਕਿੱਧਰ ਕਿੱਧਰ ਹੋ ਕੇ ਘਰ ਵਾਪਸ ਆ ਜਾਣਾ ਤੁਸੀਂ ਸਿੱਖਿਆ ਨਾ ਉਸਤਾਦਾਂ ਦੀਆਂ ਤੁਹਾਨੂੰ ਤੁਸੀਂ ਗੱਲਾਂ ਸਿੱਖੀਆਂ ਹੋਰ ਉਸਤਾਦਾਂ ਤੋਂ ਕੋ ਸਿੱਖਿਆ ਹੈ ਹਾਂ ਟੈਕਨੀਕਲੀ ਸਿੱਖਣ ਚ ਥਿਉਰੀ ਸਿੱਖਣ ਚ ਕੋਈ ਅਰਜ ਨਹੀਂ ਆਵਾਜ਼ ਨੂੰ ਬਣਾਉਣਾ ਚਾਹੀਦਾ ਹਮ ਕਿ ਗੋਡ ਗਿਫਟਡ ਹੁੰਦੀ ਹੈ ਆਵਾਜ਼ ਵੈਸੇ ਪਰ ਉਹਨੂੰ ਹੋਰ ਅੱਛੇ ਬਣਾਉਣ ਲਈ ਰਿਆਜ਼ ਜਿਹਨੂੰ ਕਹਿੰਦੇ ਉਹ ਕਰਨਾ ਪੈਂਦਾ ਫਿਰ ਤੁਹਾਡੀ ਆਵਾਜ਼ ਫਲੈਕਸੀਬਲ ਵੀ ਹੋ ਜਾਂਦੀ ਹੈ ਤਿਆਰ ਵੀ ਹੋ ਜਾਂਦੀ ਹੈ ਉਹ ਸੁਰਚ ਹੋ ਜਾਂਦੀ ਹੈ ਅੱਜ ਦੇ ਦੋ ਚਿਰ ਰਿਆਜ਼ ਕਰਦੇ ਤੁਸੀਂ ਮੈਂ ਹਾਜ਼ਿਰ ਹਾਂ ਆ ਹੁਣ ਤੁਸੀਂ ਦੇਖਿਆ ਨਹੀਂ ਮੈਂ ਮੈਨੂੰ ਤੇ ਵੀ ਨਹੀਂ ਪਤਾ ਹੁੰਦਾ ਮੈਂ ਕੀ ਕਰ ਰਿਹਾ ਜੀ ਲੇਕਿਨ ਗੁੰਗਣਾਉਂਦਾ ਰਹਿਣਾ ਹਮ ਕਿ ਬੁੱਲਿਆ ਜੋ ਦਮ ਗਾਫਲ ਸੋ ਦਮ ਕਾਫਰ ਹਮ ਆਰਟਿਸਟ ਦੇ ਆਲੇ ਦੁਆਲੇ ਸੁਰ ਹੀ ਹੁੰਦਾ ਹੈ ਉਹ ਜਦੋਂ ਵੀ ਕੱਲਾ ਹੁੰਦਾ ਜਾਂ ਬੇਸਾਕਤ ਆ ਬਿਨਾਂ ਸੋਚਿਆ ਉਹ ਤੁਹਾਨੂੰ ਆਵਾਜ਼ ਲਾਉਂਦਾ ਦੇਖ ਮਿਲੇਗਾ ਹਮ